दिल्ली ऑर्डिनेंस का मुद्दा कदों दिल्ली सेवा बिल बन गया, कदों लोग सभा च पास हो गया ते कदों राज सभा ने भी अप्रूव कर दिता। इना सारे कम्मां दे विच जिन्ने दिन लगे ने उन्हां दिनां दे विच जिहड़े हंगामे होए ने ये वारों वारी सामने आउंदे रहे ने। किस तरह आम आदमी पार्टी की सरकार ने दिल्ली दे विच इसका विरोध किया, वख वख आम आदमी पार्टी प्रभारी सूबियां दे विच इसका विरोध होया, भावें उह पंजाब होवे भावें कोई होर थां, केंद्र सरकार दे खिलाफ किस तरह विरोध प्रदर्शन किए गए दिल्ली ऑर्डिनेंस नूं लैके, दिल्ली दे LG नूं लैके, मोदी सरकार नूं लैके, ये लगातार काम चलता रहा। पर हुण जदों राज्यसभा विच वी ਇਹ ਬਿੱਲ ਪਾਸ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ ਦਿੱਲੀ ਸਰਕਾਰ ਵੱਲੋਂ, ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਇਜਲਾਸ ਸੱਦਿਆ ਜਾਵੇਗਾ ਵਿਧਾਨ ਸਭਾ ਦੇ ਵਿੱਚ, ਅਤੇ ਉਸ ਇਜਲਾਸ ਦੇ ਵਿੱਚ ਇਸ ਬਾਰੇ ਮਤੇ ਪਾਏ ਜਾ ਸਕਦੇ ਨੇ। ਦਿੱਲੀ ਵਿਧਾਨ ਸਭਾ ਦੇ ਵਿੱਚ ਦਿੱਲੀ ਸਰਕਾਰ ਵੱਲੋਂ ਇੱਕ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਜਾਣਕਾਰੀ ਮੁਤਾਬਕ ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਇਸ ਦਿੱਲੀ ਸੇਵਾ ਬਿੱਲ 2023 ਬਾਰੇ ਚਰਚਾ ਹੋਵੇਗੀ, ਜਿਹੜਾ ਕਿ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕੀਤਾ ਜਾਵੇਗਾ ਇਹ ਉਸ ਇਜਲਾਸ ਦੇ ਵਿੱਚ ਅਖਤਿਆਰ ਇਸ ਦਾ ਕੀਤਾ ਜਾਵੇਗਾ, ਫੈਸਲਾ ਲਿਆ ਜਾਵੇਗਾ। ਪਰ ਫਿਲਹਾਲ ਅਰਵਿੰਦ ਕੇਜਰੀਵਾਲ ਵੱਲੋਂ ਫੌਰੀ ਤੌਰ ਦੇ ਉੱਤੇ ਇੱਕ ਸੱਦਾ ਭੇਜ ਦਿੱਤਾ ਗਿਆ। ਉਹਨਾਂ ਨੇ ਆਪਣੇ ਵਿਧਾਨ ਸਭਾ ਵਿੱਚ ਸੈਸ਼ਨ ਸੱਦਣ ਲਈ ਸੱਦਾ ਭੇਜਿਆ, ਵਿਧਾਨ ਸਭਾ ਸੈਸ਼ਨ ਸੱਦਿਆ ਜਾਣ ਦੀ ਗੱਲ ਕੀਤੀ ਹੈ। ਤੁਹਾਨੂੰ ਇੱਥੇ ਦੱਸ ਦਈਏ ਕਿ ਲੋਕ ਸਭਾ ਦੇ ਵਿੱਚ ਜਦੋਂ ਇਸ ਬਿੱਲ ਨੂੰ ਲਿਆਂਦਾ ਗਿਆ ਮੌਨਸੂਨ ਦੇ ਇਜਲਾਸ ਦੇ ਵਿੱਚ, ਉਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਪੁਰਜ਼ੋਰ ਤਰੀਕੇ ਨਾਲ ਹੰਗਾਮਾ ਕੀਤਾ ਗਿਆ। ਇਸ ਦੌਰਾਨ MP ਸੰਜੇ ਸਿੰਘ ਨੂੰ ਲੋਕ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਇਸ ਸੈਸ਼ਨ ਵਾਸਤੇ, ਅਤੇ ਉਹਨਾਂ ਨੇ ਲੋਕ ਸਭਾ ਦੇ ਬਾਹਰ ਹੀ ਡੇਰਾ ਲਗਾ ਦਿੱਤਾ ਸੀ, ਜਿੱਥੇ ਆਮ ਆਦਮੀ ਪਾਰਟੀ ਅਤੇ ਸਮਰਥਕਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ, ਨਾਲ ਸੰਜੇ ਸਿੰਘ ਦੇ ਹੱਕ ਦੇ ਵਿੱਚ ਆ ਕੇ ਖੜ੍ਹੇ ਵੀ, ਭਾਵੇਂ ਉਹ ਸਿਰਫ ਦਿੱਲੀ ਤੋਂ ਹੋਣ ਜਾਂ ਫਿਰ ਪੰਜਾਬ ਤੋਂ ਜਾਂ ਫਿਰ ਬਾਕੀ ਸੂਬਿਆਂ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰਸ ਆ ਕੇ ਹੱਕ ਦੇ ਵਿੱਚ ਖੜ੍ਹੇ ਅਤੇ ਉਹਨਾਂ ਨੇ ਸੰਜੇ ਸਿੰਘ ਦਾ ਸਾਥ ਦਿੱਤਾ। ਪਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਰਾਜ ਸਭਾ ਦੇ ਵਿੱਚ ਵੀ ਬਿੱਲ ਪਾਸ ਹੋ ਗਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸੈਸ਼ਨ ਸੱਦ ਲਿਆ ਗਿਆ, ਇਸ ਸੈਸ਼ਨ ਦੇ ਵਿੱਚ ਕੀ ਕਾਰਵਾਈ ਹੋਵੇਗੀ, ਕਿਹੜੇ ਮਤੇ ਪਾਏ ਜਾਂਦੇ ਨੇ, ਕਿਹੜੇ ਫੈਸਲੇ ਲਏ ਜਾਂਦੇ ਦਿੱਲੀ ਸਰਕਾਰ ਵੱਲੋਂ, ਵੇਖਣਾ ਹੋਵੇਗਾ। ਪਰ ਫਿਲਹਾਲ ਸੈਸ਼ਨ ਸੱਦ ਲਿਆ ਗਿਆ, ਜੋ ਵੀ ਹੋਏਗਾ ਦੱਸਦੇ ਰਹਾਂਗੇ। ਬਣੇ ਰਹੋ 1 India ਪੰਜਾਬੀ ਤੇ। ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।